ਕੀ ਤੁਹਾਡਾ ਆਈਐਲਟੀਐਸ ਜਾਂ ਪੀਟੀ ਕਲੀਅਰ ਨਹੀਂ ਹੋ ਰਿਹਾ ਵੈਨ ਯੂਰ ਇੰਗਲਿਸ਼ ਹੈ ਆਈਐਲਟੀਐਸ ਔਰ ਪੀਟੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤੁਸੀਂ ਸਕੋਰ ਹਾਸਲ ਕਰੋ ਕੀ ਤੁਹਾਡਾ ਆਈਐਲਟੀਐਸ ਜਾਂ ਪੀਟੀ ਕਲੀਅਰ ਨਹੀਂ ਹੋ ਰਿਹਾ ਵੈਨ ਯੂਰ ਇੰਗਲਿਸ਼ ਹੈ ਨਾ ਵੈਨ ਯੂਰ ਇੰਗਲਿਸ਼ ਤੇ ਅੱਜ ਹੀ ਵਿਜ਼ਿਟ ਕਰੋ ਆਈਐਲਟੀਐਸ ਔਰ ਪੀਟੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤੁਸੀਂ ਸਕੋਰ ਹਾਸਲ ਕਰੋ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਪ੍ਰੋਪਰ ਅਸੀਂ ਐਜੂਕੇਸ਼ਨਲ ਇਨਵਾਇਰਮੈਂਟ ਪ੍ਰੋਵਾਈਡ ਕਰੀਏ ਕੁਆਲਿਟੀ ਟ੍ਰੇਨਿੰਗ ਪ੍ਰੋਵਾਈਡ ਕਰੀਏ ਸਾਡੇ ਕੋਲ ਹਾਈਲੀ ਕੁਆਲੀਫਾਈਡ ਟ੍ਰੇਨਰਸ ਨੇ ਐਮ ਏ ਇੰਗਲਿਸ਼ ਐਮ ਫਿਲ ਇੰਗਲਿਸ਼ ਔਰ ਪੀ ਐਚ ਡੀ ਇੰਗਲਿਸ਼ ਟ੍ਰੇਨਰ ਦੇਖੋ ਜਿਸ ਲੈਵਲ ਦਾ ਗੁਰੂ ਹੋਏਗਾ ਉਸ ਲੈਵਲ ਤੱਕ ਹੀ ਤੁਹਾਨੂੰ ਉਹ ਲੈ ਕੇ ਜਾ ਸਕਦਾ ਹੈ ਆਮ ਸੈਂਟਰਸ ਦੇ ਵਿੱਚ ਕੀ ਦੇਖਿਆ ਗਿਆ ਹੈ ਕਿ 6-6 ਬੈਂਡ ਵਾਲੇ ਬੱਚੇ ਹੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਔਰ ਅਲਟੀਮੇਟਲੀ ਕੀ ਹੁੰਦਾ ਹੈ ਕਿ ਜਿਹੜਾ ਬੱਚਾ ਮੰਨ ਲਓ ਤੁਹਾਡਾ ਬੱਚਾ ਹੈ ਕੋਈ ਜਿਸਨੇ ਆਲਰੇਡੀ ਬਹੁਤ ਅੱਛੇ ਮਾਰਕਸ ਦਿੱਤੇ 80% 90% ਅਗਰ ਆਇਲਸ ਦੇ ਵਿੱਚ ਦੇਖੀਏ ਤਾਂ ਦੋ ਵਾਰ ਆਇਲਸ ਦੇ ਵਿੱਚੋਂ ਉਹ ਰਹਿ ਗਏ ਨੇ ਫੇਲ ਹੋ ਗਏ ਨੇ ਲਾਈਕ 5 ਬੈਂਡ 5.5 ਬੈਂਡ ਸੋਚਣ ਵਾਲੀ ਗੱਲ ਹੈ 80% 90% ਵਾਲਾ ਬੱਚਾ ਜਿਹਦੇ ਇੰਗਲਿਸ਼ ਦੇ ਵਿੱਚ 12th ਦੇ ਵਿੱਚ ਜਾਂ ਗ੍ਰੈਜੂਏਸ਼ਨ 'ਚ ਹੈ ਆਇਲਸ ਦੇ ਵਿੱਚੋਂ ਡਰਦਾ ਹੈ ਰੀਜ਼ਨ ਬੀਂਗ ਉਹਨੂੰ ਉਸ ਲੈਵਲ ਦਾ ਟ੍ਰੇਨਰ ਜਾਂ ਗੁਰੂ ਨਹੀਂ ਮਿਲ ਸਕਿਆ ਜਿਹੜੀ ਉਹਦੇ ਟ੍ਰੇਨਰ ਸੀ ਉਹਨਾਂ ਦਾ ਲੈਵਲ ਵੀ 5-6 ਬੈਂਡ ਹੋਏਗਾ ਜਿਸਦੇ ਕਰਕੇ ਉਹ ਉਸ ਬੈਂਡ ਤੱਕ ਨਹੀਂ ਅਚੀਵ ਕਰ ਸਕਿਆ ਸਾਡੇ ਕੋਲ ਜਿਹੜੇ ਹਾਇਰ ਬੈਂਡ ਅਚੀਵਰਸ ਨੇ ਮੈਂ ਖੁਦ ਕੈਨੇਡਾ ਤੋਂ ਪੜ੍ਹਿਆ ਵੀ ਟੇਕ ਕੇਅਰ ਆਫ ਦਾ ਕੁਆਲਿਟੀ ਐਂਡ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਲਦੀ ਤੋਂ ਜਲਦੀ ਉਸ ਲੈਵਲ ਤੱਕ ਅਸੀਂ ਪਹੁੰਚਾ ਦਈਏ ਜਿੱਥੇ ਤੁਸੀਂ ਆਪਣਾ ਫਰਦਰ ਅਬਰੋਡ ਦਾ ਸਪਨਾ ਪੂਰਾ ਕਰ ਸਕੋ ਸੋ ਅੱਜ ਹੀ ਵਿਜ਼ਿਟ ਕਰੋ ਵੈਨ ਯੂਰ ਇੰਗਲਿਸ਼ ਰਾਏਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ ਜਗਰਾਓ ਯੂ ਕੈਨ ਕਾਲ ਅਸ ਐਟ 7973160270 ਥੈਂਕ ਯੂ